ਮਹਾਰਾਸ਼ਟਰ ਦੇ ਇਗਤਪੁਰੀ ਇਲਾਕੇ ਵਿੱਚ ਟ੍ਰੇਨ ਵਿੱਚ ਸਫ਼ਰ ਕਰ ਰਹੇ ਇੱਕ ਬਜ਼ੁਰਗ ਵਿਅਕਤੀ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਇਹ ਕੁੱਟਮਾਰ ਇਸ ਸ਼ੱਕ ਤੇ ਕੀਤੀ ਗਈ ਕਿ ਉਨ੍ਹਾਂ ਕੋਲ ਗਾਂ ਦਾ ਮਾਸ ਹੈ। ਚਾਲਿਆ ਗਾਂਵ ਦੇ ਰਹਿਣ ਵਾਲੇ 72 ਸਾਲਾ ਹਾਜੀ ਅਸ਼ਰਫ ਅਲੀ ਸਈਦ ਹੁਸੈਨ ਕਲਿਆਣ ਇਲਾਕੇ ਵਿੱਚ ਆਪਣੀ ਧੀ ਕੋਲ ਜਾ ਰਹੇ ਸਨ। ਇਹ ਘਟਨਾ 28 ਅਗਸਤ ਨੂੰ ਵਾਪਰੀ ਸੀ। ਰੇਲਵੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਵਿਵਾਦਿਕ ਸੀਟ ਨੂੰ ਲੈ ਕੇ ਸ਼ੁਰੂ ਹੋਇਆ। ਮੁਲਜ਼ਮਾਂ ਉੱਤੇ ਸੰਬੰਧਿਤ ਧਾਰਾਵਾਂ ਲਗਾਈਆਂ ਗਈਆਂ ਨੇ। ਪੀੜਿਤ ਵਿਅਕਤੀ ਨੂੰ ਆਪਣੇ ਸਟੇਸ਼ਨ ਉੱਤੇ ਉਤਰ ਨਹੀਂ ਦਿੱਤਾ ਗਿਆ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪੀੜਿਤ ਦੀ ਧੀ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ FIR ਦਰਜ ਕੀਤੀ ਗਈ ਹੈ। ਅਸੀਂ ਇਸ ਮਾਮਲੇ ਵਿੱਚ 3 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। ਰੇਲਵੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ੱਕੀਆਂ ਨੂੰ ਧੂਲੇ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ। ਕਈ ਸਿਆਸੀ ਆਗੂਆਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। ਪੀੜਤ ਅਸ਼ਰਫ ਅਲੀ ਸਈਦ ਹੁਸੈਨ ਵੱਲੋਂ ਵੀ ਲੋਕਾਂ ਵੱਲੋਂ ਜ਼ਾਹਰ ਕੀਤੀ ਗਈ ਚਿੰਤਾ ਬਾਰੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਅੱਲਾਹ ਨੇ ਮੇਰੇ ਕੋ ਸਭ ਸਹੀ ਸਲਾਮਤ ਰੱਖਾ ਹੈ।